20th ਅਕਤੂਬਰ ਨੂੰ ਜਿਹੜੀਆਂ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਸਰੀ ਫਸਟ ਤੋਂ ਉਪਕਾਰ ਸਿੰਘ ਤਤਲੇ ਜੋ ਹਨ ਐਜ਼ ਕਾਉਂਸਲ ਮੈਂਬਰ ਅੱਗੇ ਆ ਰਹੇ ਨੇ ਆ ਉਹਨਾਂ ਨਾਲ ਅੱਜ ਗੱਲਬਾਤ ਕਰਕੇ ਜਾਣ ਪਹਿਚਾਣ ਤੁਹਾਡੀ ਕਰਵਾਉਂਦੇ ਹਾਂ ਕਿ 20 ਅਕਤੂਬਰ ਨੂੰ ਜਦੋਂ ਤੁਸੀਂ ਵੋਟ ਪਾਉਣੀ ਹੈ ਤਾਂ ਉਪਕਾਰ ਤਤਲੇ ਦੇ ਬਾਰੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਸੋ ਉਪਕਾਰ ਜੀ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਤੁਹਾਡਾ ਮਨ ਕਿਵੇਂ ਬਣਿਆ ਕਿ ਪਬਲਿਕ ਆਫਿਸ ਵਾਸਤੇ ਰਨ ਕੀਤਾ ਜਾਏ ਕਿਉਂਕਿ ਫਸਟ ਥਿੰਗ ਇਜ਼ ਕਿ ਪਬਲਿਕ ਆਫਿਸ ਵਿੱਚ ਨਾਂ ਪਾਉਣਾ ਹੀ ਜਿਹੜਾ ਹੈਗਾ ਇਟ ਇਜ਼ ਅ ਬਿਗ ਅਚੀਵਮੈਂਟ ਕਿ ਤੁਸੀਂ ਆਪਣਾ ਪਬਲਿਕ ਲਾਈਫ ਵਿੱਚ ਆ ਰਹੇ ਹੈਗੇ ਹੋ ਪਹਿਲਾਂ ਤਾਂ ਕੋਈ ਪਿਛੋਕੜ ਤੁਸੀਂ ਕੋਈ ਐਸੀ ਕੰਮ ਕੀਤਾ ਨਹੀਂ ਜੀ ਪੋਲਿਟਿਕਸ ਤਾਂ ਮੈਂ ਕਦੇ ਨੇੜੇ ਵੀ ਨਹੀਂ ਲੱਗਿਆ ਪਰ ਵੈਸੇ ਜੇ ਤੁਸੀਂ ਮੇਰੀ ਹਿਸਟਰੀ ਦੇਖੋ ਜੀ ਚਲੋ ਪੜ੍ਹਾਈ ਤੋਂ ਸ਼ੁਰੂ ਕਰ ਲੈਂਦੇ ਹਾਂ ਯੂਨੀਵਰਸਿਟੀ ਵਿਕਟੋਰੀਆ ਗ੍ਰੈਜੂਏਟ ਪੋਸਟ ਬੈਕਲਰਟ ਮੈਂ ਕੀਤੀ UBC ਓਕੇ ਉੱਥੋਂ ਮੈਂ ਫਿਰ ਗਿਆ ਵਾਸ਼ਿੰਗਟਨ DC ਨਿਊਯਾਰਕ ਯੂਨਾਈਟਡ ਨੇਸ਼ਨਸ ਮੈਂ ਇੰਟਰਨ ਰਿਹਾ ਆਰਕੀਓਲੋਜੀਕਲ ਫੀਲਡ ਸਕੂਲਸ ਵੀ ਕੀਤੇ ਵਾਪਸ ਆਉਂਦੇ ਨੂੰ ਉਸੇ ਟਾਈਮ ਮੇਰੀ ਫੈਮਿਲੀ ਵੀ ਸਟਾਰਟ ਹੋ ਗਈ ਰਾਈਟ ਮੇਰੀ ਵਾਈਫ ਨੇ ਦੋ ਛੋਟੇ ਬੇਟੇ ਨੇ ਨਾਲੇ ਮੈਂ ਉਦੋਂ ਉਸੇ ਟਾਈਮ ਜਿਹੜੇ ਕਰਾਊਨ ਕਾਉਂਸਲ ਫੈਡਰਲ ਗਵਰਨਮੈਂਟ ਵੱਲੋਂ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਕਲੇਮਸ ਨੇ ਫਰਸਟ ਨੇਸ਼ਨਸ ਦੇ ਉਹਨਾਂ ਨਾਲ ਮੈਂ ਕੰਮ ਕਰਨ ਲੱਗਿਆ ਉਸ ਤੋਂ ਬਾਅਦ ਮੈਂ ਆਕਸਿਸ ਨੈਕਸਿਸ ਆਪਣੇ ਪਾਰਟਨਰ ਨਾਲ ਸਟਾਰਟ ਕੀਤੀ ਹੈ ਉਹ ਅਸੀਂ ਕਰਦੇ ਹਾਂ ਸਾਇੰਟੀਫਿਕ ਰਿਸਰਚ ਐਕਸਪੈਰੀਮੈਂਟਲ ਡਿਵੈਲਪਮੈਂਟ ਓਕੇ ਸੋ ਪੁਸ਼ਿੰਗ ਦ ਫਰੰਟੀਅਰਸ ਆਫ ਸਾਇੰਸ ਸੋ ਉਹ ਉਸ ਟਾਈਮ ਨਾਲ ਹੀ ਮੈਂ ਇੱਕ ਫਾਊਂਡੇਸ਼ਨ ਸਟਾਰਟ ਕੀਤੀ ਹੈ ਜਿਹੜੀ ਖਾਸ ਫੋਕਸ ਹੈ ਉਹਦੇ ਬੱਚਿਆਂ 'ਤੇ ਜਿਹੜੇ ਆਪਣੇ ਯੂਥ ਨੇ ਤਾਂ ਕਿ ਉਹ ਸਿੱਧੇ ਰਸਤੇ 'ਤੇ ਰਹਿਣ ਸੋ ਉਹ ਹੈਗਾ ਟੋਟਲ ਵੀ ਉਹਨਾਂ ਦੇ ਪੜ੍ਹਾਈ ਵੀ ਹੋਵੇ ਸਹੀ ਮੈਂਟਰਸ਼ਿਪ ਵਾਲੰਟੀਅਰ ਐਕਸਪੋਜਰ ਹੋਵੇ ਹੋਰ ਚੀਜ਼ਾਂ ਨੂੰ ਕੁਛ ਸਪੋਰਟਸ ਵੀ ਅਤੇ ਉਹ ਅਸੀਂ ਦੇਖੋ ਇੰਨਾ ਸਕਸੈਸਫੁਲ ਰਹੇ ਹਾਂ ਅਸੀਂ ਇਕੱਲਾ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਨਹੀਂ ਅਤੇ ਇਕੱਲਾ ਸਰੀ 'ਚ ਨਹੀਂ ਅਸੀਂ ਪੂਰਾ ਲੋਅਰ ਮੇਨਲੈਂਡ ਅਤੇ ਨਾਲੇ ਫਰਸਟ ਨੇਸ਼ਨਸ ਕਮਿਊਨਿਟੀਜ਼ ਹੋਰ ਵੀ ਜਿਹੜੇ ਕੋਰੀਅਨ ਕਮਿਊਨਿਟੀ ਪੂਰੇ ਬੱਚਿਆਂ ਨੂੰ ਇੰਗੇਜ ਕਰਕੇ ਰੱਖਿਆ ਸੋ ਇਹ ਜਿਹੜੇ ਮੇਰੇ ਪ੍ਰੋਫੈਸ਼ਨਲ ਅਤੇ ਨਾਲੇ ਇਹ ਜਿਹੜੀ ਫਾਊਂਡੇਸ਼ਨ ਇਹਦੇ ਨਾਲ ਹੀ ਮੈਂ ਜਿਹੜੀ ਕਮਿਊਨਿਟੀ ਦੀ ਸੇਵਾ ਵੀ ਕੀਤੀ ਹੈ ਮੈਂ ਫਾਇਰ ਫਾਈਟਰ ਰਿਹਾ ਫਸਟ ਰਿਸਪੋਂਡਰ ਬੋਰਡ ਚੇਅਰ ਰਿਹਾ ਮੈਂ ਸਿਟੀ ਆਫ ਸਰੀ ਲਈ ਟਰੱਸਟੀ ਪ੍ਰੋਵਿੰਸ਼ਲ ਟਰੱਸਟੀ ਐਸੋਸੀਏਸ਼ਨ ਵਾਈਸ ਪ੍ਰੈਜ਼ੀਡੈਂਟ ਨਾਲ ਹੀ ਪ੍ਰੋਵਿੰਸ਼ਲ ਸਰਕਾਰ ਵੱਲੋਂ ਮੈਂ ਕਮਿਸ਼ਨਰ ਵੀ ਅਪੁਆਇੰਟਡ ਹਾਂ ਸੋ ਹੁਣ ਇਹ ਸਾਰਾ ਕਹਿ ਲਓ ਇਕੱਠਾ ਕਰਕੇ ਮਾਈ ਟੋਟਲ ਐਕਸਪੀਰੀਅੰਸਿਸ ਇਨ ਲਾਈਫ ਪੜ੍ਹਾਈ ਹੋ ਗਈ ਪ੍ਰੋਫੈਸ਼ਨਲ ਕਮਿਊਨਿਟੀ ਦੀ ਸੇਵਾ ਹੁਣ ਪਰਫੈਕਟ ਟਾਈਮ ਸੀ ਵੀ ਇਹਦਾ ਜਿਹੜੇ ਸਟਰੈਂਥਸ ਨੇ ਕਮਿਊਨਿਟੀ 'ਚ ਆਵੇ ਤਾਂ ਕਿ ਆਪਣੇ ਬੱਚੇ ਇੰਪਰੂਵ ਹੋਣਾ ਉਹਦੀ ਲਾਈਫ ਬਹੁਤ ਖੂਬ ਜੀ ਵਿਦ ਕੇਪੇਬਿਲਿਟੀ ਐਂਡ ਐਕਸਪੀਰੀਅੰਸ ਦੋਨੋਂ ਹੀ ਚੀਜ਼ਾਂ ਤੁਹਾਡੇ ਕੋਲ ਨੇ ਉਹ ਤੁਸੀਂ ਅੱਗੇ ਲੈ ਕੇ ਆ ਰਹੇ ਹੋ ਇਸ ਲੇਟ ਦੇ ਵਿੱਚ ਸੋ ਤੁਸੀਂ ਕੀ ਮਹਿਸੂਸ ਕਰਦੇ ਹੈਗੇ ਹੋ ਕਿਹੜੇ ਮੇਜਰ ਇਸ਼ੂਜ਼ ਨੇ ਜਿਨ੍ਹਾਂ ਦਾ ਕਿ ਬੈਨੀਫਿਟ ਐਜ਼ ਅ ਕਾਉਂਸਲ ਮੈਂਬਰ ਤੁਸੀਂ ਲੋਕਾਂ ਨੂੰ ਦੇ ਸਕੋਗੇ ਬਿਲਕੁਲ ਜੀ ਦੇਖੋ ਮੇਰਾ ਖਾਸ ਫੋਕਸ ਹੈ ਦੋ ਗੱਲਾਂ 'ਚ ਜੀ ਸਭ ਤੋਂ ਜ਼ਿਆਦਾ ਮੇਰੀ ਪ੍ਰਾਇਓਰਟੀ ਹੈ ਯੂਥ ਅਤੇ ਯੰਗ ਫੈਮਿਲੀਜ਼ ਜਿਨ੍ਹਾਂ 'ਚੋਂ ਮੈਂ ਵੀ ਗਿਣਤੀ ਹਾਂ ਠੀਕ ਤਾਂ ਕਿ ਉਹਨਾਂ ਦੀ ਜ਼ਿੰਦਗੀ ਅਤੇ ਜਿਹੜੇ ਆਪਣੇ ਇੱਕ ਸਿਟੀ ਦਾ ਫਿਊਚਰ ਹੈ ਤਾਂ ਉਹਨਾਂ ਦੇ ਸਿਰ 'ਤੇ ਬਿਲਕੁਲ ਅਤੇ ਆਪਾਂ ਉਹਨਾਂ ਨੂੰ ਇੰਨਾ ਕਾਮਯਾਬ ਬਣਾ ਦਈਏ ਵੀ ਸ਼ਹਿਰ ਵੀ ਉਨਾ ਹੀ ਸ਼ਾਨਦਾਰ ਲੱਗੂਗਾ ਰਾਈਟ ਸੋ ਖਾਸ ਮੇਰੀ ਪਰਸਨਲ ਫੋਕਸ ਨਾਲੇ ਸਲੇਟ ਦੀ ਵੀ ਜੇ ਤੁਸੀਂ ਦੇਖੋ ਯੂਥ ਅਤੇ ਯੰਗ ਫੈਮਿਲੀਜ਼ 'ਤੇ ਆ ਰਾਈਟ ਉਸ ਤੋਂ ਇਲਾਵਾ ਜੇ ਤੁਸੀਂ ਦੇਖੋ ਮੈਂ ਜਿਹੜੀ ਸਾਇੰਸ ਇਨੋਵੇਸ਼ਨ ਟੈਕਨੋਲੋਜੀ ਉਹ ਵੀ ਮੈਂ ਕੋਸ਼ਿਸ਼ ਕਰੂੰਗਾ ਇਸ ਸਾਲ ਇਸ ਜਿਹੜੀ ਟਰਮ ਹੈ ਰਾਈਟ ਵੀ ਉਹਨੂੰ ਵੀ ਇਕਾਨਮੀ ਵਾਈਜ਼ ਇੱਥੇ ਲੈ ਆਈਏ ਸੋ ਮੇਨ ਗੱਲ ਜਿਹੜੀ ਤੁਸੀਂ ਕਹੀ ਸਾਰੇ ਹੀ ਚਿੰਤਿਤ ਨੇ ਯੂਥ ਕਿਉਂਕਿ ਜਿਸ ਹਿਸਾਬ ਨਾਲ ਜੋ ਸਾਡੇ ਸਾਹਮਣੇ ਨਿਊਜ਼ ਆਉਂਦੀਆਂ ਨੇ ਜਦੋਂ ਰੱਬ ਨਾ ਕਰੇ ਕਦੀ ਵੀ ਕਿਸੇ ਦਾ ਬੱਚਾ ਜਦੋਂ ਮਾਰਿਆ ਜਾਂਦਾ ਹੈ ਗਲਤ ਰਾਹਾਂ 'ਤੇ ਤੁਰਦਾ ਹੈ ਹਾਂਜੀ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਹੈ ਉਸ ਤੋਂ ਤੁਸੀਂ ਕਿਹੜੇ ਇਨੀਸ਼ੀਏਟਿਵ ਜਿਹੜੇ ਲੈਣਾ ਚਾਹੋਗੇ ਕਿਉਂਕਿ ਤੁਸੀਂ ਜਿਹੜੀ ਫਾਊਂਡੇਸ਼ਨ ਵੀ ਚਲਾਉਂਦੇ ਹੋ ਉਹ ਵੀ ਵਰਚੁਅਲੀ ਇਹੀ ਕੰਮ ਕਰਦੀ ਰਹੀ ਬਿਲਕੁਲ ਬਟ ਜਦੋਂ ਇਨ ਪਾਰ ਹੋ ਗਏ ਤੁਹਾਡੇ ਕੋਲ ਰਿਸੋਰਸਿਸ ਵੀ ਵੱਧ ਹੋਣਗੇ ਐਂਡ ਤੁਸੀਂ ਉਹ ਕੰਮ ਨੂੰ ਵੱਡੇ ਲੈਵਲ 'ਤੇ ਵੀ ਕਰ ਸਕੋ ਜ਼ਰੂਰ ਜੀ ਸੋ ਕਿਸ ਤਰੀਕੇ ਨਾਲ ਤੁਸੀਂ ਇਨਵੋਲਵ ਕਰੋਗੇ ਯੂਥ ਨੂੰ ਥਰੂ ਸਪੋਰਟਸ ਥਰੂ ਡਾਇਲੋਗ ਥਰੂ ਸੈਮੀਨਾਰਸ ਫੋਰਮ ਵਟ ਵਿਲ ਹੈਪਨ ਇਹ ਜਿੰਨੇ ਤੁਸੀਂ ਕਹੇ ਨੇ ਸਾਰੇ ਕਰਾਂਗੇ ਦੇਖੋ ਜਿਹੜੇ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਜਿਹੜੇ ਫਾਊਂਡੇਸ਼ਨ 'ਚ ਵੀ ਉਹ ਡਾਇਰੈਕਟ ਮੈਨੂੰ ਐਵੀਡੈਂਸ ਦਿੰਦਾ ਵੀ ਹਾਂ ਆਹ ਕੰਮ ਨੇ ਇਹਦਾ ਇਲਾਜ ਇਹੀ ਹੈ ਸੋ ਨਾਲ ਹੀ ਜਿਹੜਾ ਹਰ ਰੋਜ਼ ਸਾਡੇ ਘਰ 'ਚ ਵੀ ਹੈ ਮੇਰੇ ਦੋ ਬੇਟੇ ਨੇ ਹਰ ਰੋਜ਼ ਅਸੀਂ ਸੋਚ ਵੀ ਇਹ ਸਲਾਹ ਕਰੀਏ ਆਹ ਕਰੀਏ ਆਹ ਤਰੀਕਾ ਹੋਊਗਾ ਵਧੀਆ ਇਹਨਾਂ ਨੂੰ ਪਾਲਣ ਨੂੰ ਰਾਈਟ ਅਸੀਂ ਹੁਣ ਇਹ ਐਜ਼ ਅ ਸਲੇਟ ਅਸੀਂ ਪਲੈਟਫਾਰਮ 'ਚ ਇਹ ਅਨਾਊਂਸ ਕਰਾਂਗੇ ਕੀਤਾ ਵੀ ਹੋਇਆ ਵੀ ਜਿਹੜੇ ਰੈਕ ਸੈਂਟਰਸ ਨੇ 18 and under ਜਿਹੜੇ ਬੱਚੇ ਹੋਣਗੇ ਯੂਥ ਉਹਨਾਂ ਨੂੰ ਟੋਟਲੀ ਫਰੀ ਕਰ ਦੇਣਾ ਰਾਈਟ ਇੰਗੇਜ ਕਰਕੇ ਰੱਖੀਏ ਆਪਾਂ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਇਹ ਨਾ ਮਿਲੇ ਵੀ ਹਾਂ ਇੱਧਰ ਡਰੱਗ ਪਈ ਹੈ ਗਨ ਪਈ ਹੈ ਸਗੋਂ ਉਹਨਾਂ ਦੇ ਹੱਥ 'ਚ ਕਦੇ ਕਿਤਾਬ ਆ ਜਾਵੇ ਰਾਈਟ ਸਵਿਮਿੰਗ ਕਰਨ ਟਰੈਕ 'ਤੇ ਚਲੇ ਜਾਣ ਭਾਰ ਚੱਕਣ ਸੋ ਟੋਟਲੀ ਇੰਗੇਜ ਨੰਬਰ 1 ਪ੍ਰਾਇਓਰਟੀ ਆਪਣੀ ਹੈ ਵੀ ਬੱਚੇ ਆਈਸੋਲੇਟਡ ਨਾ ਹੋਣ ਇੰਗੇਜ ਕਰੀਏ ਚਲੋ ਇਹ ਸੋਸ਼ਲ ਇੰਗੇਜਮੈਂਟ ਇੰਟਰੈਕਸ਼ਨ ਹੋ ਗਈ ਉਹਨਾਂ ਦੀ ਹੋਰ ਵੀ ਜਿਹੜੇ ਆਪਣੇ ਪ੍ਰੋਗਰਾਮਸ ਨੇ ਜਿਹੜੇ ਇੰਨੇ ਵਧੀਆ ਪ੍ਰੋਗਰਾਮ ਲੋਕ ਚਲਾਉਂਦੇ ਨੇ ਆਪਣੇ ਸ਼ਹਿਰ 'ਚ ਉਹਨਾਂ ਨੂੰ ਵੀ ਮੋਬਲਾਈਜ਼ ਕਰੀਏ ਜੀ ਸੋ ਵੰਸ ਵੀ ਇਨ ਗਵਰਨਮੈਂਟ ਅਕਟੋਬਰ 20 ਤੋਂ ਬਾਅਦ 'ਚ ਅਸੀਂ ਕਨਵੀਨ ਕਰਾਂਗੇ ਸਮਿਟ ਜਿੰਨੇ ਵੀ ਆਪਣੇ ਔਰਗਨਾਈਜੇਸ਼ਨਸ ਨੇ ਹੋਰ ਯੂਜ਼ਰ ਗਰੁੱਪਸ ਨੇ ਜਿਹੜੇ ਇੰਨਾ ਵਧੀਆ ਕੰਮ ਕਰਦੇ ਨੇ ਵੀ ਇਕੱਠੇ ਉਹਨੂੰ ਇੱਕ ਅੰਬਰੈਲਾ ਥੱਲੇ ਲੈ ਆਈਏ ਰਾਈਟ ਅਤੇ ਉਹ ਇੱਕ ਹੱਬ ਬਣੂਗਾ ਤਾਂ ਕਿ ਜਿਹੜੇ ਫੈਮਿਲੀਜ਼ ਨੇ ਪੇਰੈਂਟਸ ਨੇ ਯੰਗ ਪੇਰੈਂਟਸ ਨੇ
ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੱਥੇ ਐਕਸੈਸਿਸ ਨੇ, ਕਿੱਥੇ ਸਰਵਿਸਿਸ ਅਸੀਂ ਐਕਸੈਸ ਕਰ ਸਕਾਂਗੇ। ਰਾਈਟ, ਉਹ ਇੱਕੋ ਹੀ ਥਾਂ ਤੇ ਜਾ ਕੇ ਵੀ ਹਾਂ ਸਾਨੂੰ ਆਹ ਇੰਟਰਸਟ ਹੈ ਸਾਡੇ ਬੱਚੇ ਨੂੰ, ਇੱਥੇ ਇੰਟਰਸਟ ਹੈ ਸਾਨੂੰ, ਜਾਂ ਆਹ ਲੋੜ ਹੈ, ਦੱਸੋ ਕਿੱਥੇ ਜਾ ਸਕੀਏ। ਸੋ ਉਹ ਸੈਂਟਰਲਾਈਜ਼ਡ ਹੋ ਜੂ। ਰਾਈਟ, ਸੋ ਬੇਸਿਕਲੀ ਜਿੰਨੇ ਵੀ ਐਕਸਪਰਟੀਜ਼ ਹੈਗੀ ਵੱਖਰੇ ਵੱਖਰੇ ਫੀਲਡਸ ਦੀ, ਉਹਨੂੰ ਇੱਕ ਸੈਂਟਰ ਮਿਲ ਜਾਏਗਾ ਜਿੱਥੇ ਕਿ ਇਕੱਠੇ ਹੋ ਕੇ ਕੁਝ ਨਾ ਕੁਝ ਅਸੀਂ ਸੋਲਿਊਸ਼ਨਸ ਵਾਲੇ ਪਾਸੇ ਧਿਆਨ ਜ਼ਰੂਰ ਦੇ। ਹਾਂਜੀ, ਇੱਕ ਜਿਹੜੀ ਵੱਡੀ ਪ੍ਰੋਬਲਮ ਇਹੀ ਹੈਗੀ ਕਿ ਜਿਹੜੇ ਸਕੂਲਸ ਦੇ ਆਸ ਪਾਸ ਜਿਸ ਤਰੀਕੇ ਨਾਲ ਈਜ਼ੀ ਅਵੇਲੇਬਿਲਿਟੀ ਆਫ ਡਰੱਗਸ, ਸਾਡੇ ਬੱਚੇ ਕਈ ਵਾਰੇ ਉਹਦੇ ਵਿੱਚ ਫਸ ਜਾਂਦੇ ਨੇ, ਉਹਦੇ ਮੁਤਲਕ ਵੀ ਤੁਸੀਂ ਐਜ਼ ਅ ਕਾਉਂਸਲ ਮੈਂਬਰ ਕੁਝ ਸੋਚਦੇ ਹੋ ਕਿ ਕੁਝ ਕਰਨ ਦੀ ਲੋੜ ਹੈਗੀ? ਜ਼ਰੂਰ ਜੀ, ਜਿਹੜੇ ਇਹ ਪ੍ਰੋਬਲਮ ਦੇਖੋ, ਹੁਣ ਆਪਾਂ ਬੱਚੇ ਨੂੰ ਸਕੂਲ 'ਤੇ ਛੱਡਦੇ ਹਾਂ, ਹਰੇਕ ਵਾਰੀ ਜੋ ਬੱਚਾ ਕਾਰ 'ਚੋਂ ਨਿਕਲਦਾ ਆਪਾਂ ਇਹ ਸੋਚ ਰਹੇ ਹਾਂ ਵੀ ਬੇਟਾ ਤੁਸੀਂ ਠੀਕ ਜਾਓ, ਪੜ੍ਹਾਈ ਕਰੋ, ਸਪੋਰਟਸ ਕਰੋ, ਅਤੇ ਵਾਪਸ ਉਵੇਂ ਸਾਨੂੰ ਮੁੜਿਆ ਆਇਆ। ਅਤੇ ਕਈ ਵਾਰੀ ਕੀ ਹੁੰਦਾ, ਹਾਂਜੀ ਜਿਸ ਨੂੰ ਤੁਸੀਂ ਕਿਹਾ, ਕਈ ਵਾਰੀ ਇਹੋ ਜਿਹੇ ਕਹਿ ਲਓ ਅਸਰ ਪੈ ਜਾਂਦੇ ਇਹਨਾਂ 'ਤੇ। ਸੋ ਇਹ ਜਿਹੜੀ ਇੰਟਰਵੈਂਸ਼ਨ ਸਟ੍ਰੈਟਜੀਜ਼ ਨੇ, ਇੱਕਦਮ ਜਦੋਂ ਅਸੀਂ ਸਰਕਾਰ ਸਾਡੀ ਬਣ ਗਈ, ਰਾਈਟ ਅਵੇ ਅਸੀਂ 125 ਪੁਲਿਸ ਆਫਿਸਰ ਲੈ ਆਉਣੇ ਆ, ਜੇ ਖਾਸ ਉਹਨਾਂ ਨੂੰ ਪ੍ਰਮੋਟ ਕਰਨਾ ਵੀ ਤੁਸੀਂ ਜਾ ਕੇ ਇੰਟਰਵੈਂਸ਼ਨ ਸਟ੍ਰੈਟਜੀਜ਼ ਡਿਪਲੋਏ ਕਰੋ ਆਪਣੇ ਸਕੂਲਸ ਦੇ ਆਲੇ ਦੁਆਲੇ, ਹੋਰ ਕਮਿਊਨਿਟੀ ਸੈਂਟਰਸ, ਇਹ ਬਹੁਤ ਲੋੜ ਹੈ। ਇਹ ਗਾਈਡੈਂਸ ਅਸੀਂ ਦੇਵਾਂਗੇ ਐਜ਼ ਅ ਸਿਟੀ ਫਰੋਮ ਗਵਰਨਮੈਂਟ, ਅਤੇ ਉਹ ਵੀ ਇਨਫਲੂਐਂਸ ਹੋਣੀ ਹੈ ਕਮਿਊਨਿਟੀ ਵੱਲੋਂ, ਤਾਂ ਕਿ ਅਸੀਂ ਬੱਚਿਆਂ ਦੇ ਖਾਸ ਇੰਪਰੂਵ ਕਰ ਸਕਦੇ ਉਹਨਾਂ ਦੀ ਲਾਈਫ ਅਤੇ ਆਊਟਕਮਸ। ਬਹੁਤ ਖੂਬ ਜੀ, ਤੁਹਾਡਾ ਐਕਸਪੀਰੀਅੰਸ ਅਤੇ ਕੇਪੇਬਿਲਿਟੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਉਹ ਤੁਹਾਡੇ ਕੋਲ ਕਾਬਲੀਅਤ ਵੀ ਹੈਗੀ, ਐਕਸਪੀਰੀਅੰਸ ਵੀ ਹੈਗਾ, ਅਤੇ ਆਸ ਕਰਦੇ ਹਾਂ ਕਿ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਇੰਪਲੀਮੈਂਟ ਕਰੋਗੇ 20 ਅਕਤੂਬਰ ਤੋਂ ਬਾਅਦ। ਅਖੀਰ ਵਿੱਚ ਬਹੁਤ ਸਾਰੇ ਕੈਂਡੀਡੇਟਸ ਖਲੋਤੇ ਹੈਗੇ ਨੇ, ਬਟ ਵਾਈ ਸ਼ੁੱਡ ਪੀਪਲ ਵੋਟ ਫੋਰ ਉਪਕਾਰ ਤੱਤ ਲਈ? ਦੇਖੋ ਜੀ, ਮੇਰਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਦੱਸਿਆ ਆਪਦੇ ਬਾਰੇ, ਪਰ ਖਾਸ ਮੇਰਾ ਇਹ ਹੈ ਵੀ ਇਹ ਆਪਣਾ ਸ਼ਹਿਰ ਹੈ ਜੀ, ਆਪਾਂ ਨੈਕਸਟ ਲੈਵਲ 'ਤੇ ਲੈ ਕੇ ਜਾਣਾ। ਲੈ ਕੇ ਤਾਂ ਜਾਵਾਂਗੇ ਜੇ ਆਪਣੇ ਬੱਚੇ ਕਾਮਯਾਬ ਅਤੇ ਸੇਫ, ਸਿਕਿਓਰ ਅਤੇ ਇਹ ਠੀਕ ਰਸਤੇ 'ਤੇ ਰਹਿਣ। ਸੋ ਉਪਕਾਰ ਸਿੰਘ, ਸਰੀ ਫਸਟ, ਇਹਨਾਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ, ਕਿਉਂਕਿ ਸਾਡੇ ਕੋਲ ਕੇਪੇਬਿਲਿਟੀਜ਼ ਵੀ ਹੈ, ਡਾਇਵਰਸਿਟੀ ਵੀ ਹੈ, ਐਕਸਪੀਰੀਅੰਸ ਵੀ ਹੈ, ਟੂ ਟੇਕ ਇਟ ਟੂ ਦੈਟ ਲੈਵਲ। ਸੋ ਬੈਲਟ ਪੇਪਰ ਦੇ ਉੱਤੇ ਤੱਥ ਲਈ ਉਪਕਾਰ ਲਿਖਿਆ ਹੋਇਆ? ਹਾਂਜੀ। ਰਾਈਟ, ਧੰਨਵਾਦ ਜੀ, ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ, ਜਿਹੜੇ ਤੁਸੀਂ ਇੰਨੇ ਪੈਸ਼ਨੇਟ ਹੈਗੇ ਹੋ ਇਸ ਇਸ਼ੂ ਦੇ ਉੱਤੇ, ਪਹਿਲਾਂ ਵੀ ਤੁਸੀਂ ਕੰਮ ਕਰ ਚੁੱਕੇ ਹੋ, ਅਤੇ ਆਸ ਕਰਦੇ ਹਾਂ ਕਿ 20 ਅਕਤੂਬਰ ਤੋਂ ਬਾਅਦ ਵੀ ਲੋਕ ਤੁਹਾਨੂੰ ਜਿਤਾ ਕੇ ਭੇਜਣ ਤਾਂ ਕਿ ਤੁਸੀਂ ਇਹਨਾਂ ਨੂੰ ਇੰਪਲੀਮੈਂਟ ਕਰ ਸਕੋ। ਥੈਂਕ ਯੂ ਐਂਡ ਬੈਸਟ। ਥੈਂਕ ਯੂ ਸੋ ਮਚ।